ਸਵਾਗਤ ਤੁਹਾਡਾ ਇੱਕ ਵਾਰ ਤੋਂ ਫਿਰ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਐਵਰੀ ਟਾਈਮ ਸਟੱਡੀ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ PSAT 2020 ਦੇ ਬਾਰੇ, ਜੋ ਕਿ 19 ਜਨਵਰੀ ਨੂੰ ਆਪਣਾ PSAT ਦਾ ਐਗਜ਼ਾਮ ਹੋਇਆ ਸੀ 2020 ਦੇ ਵਿੱਚ, ਉਸ ਦੀ ਅਫੀਸ਼ੀਅਲ ਆਨਸਰ ਵੀ ਆ ਚੁੱਕੀ ਹੈ। ਅਤੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ PSAT ਦਾ ਰਿਜ਼ਲਟ ਕਦੋਂ ਆਊਗਾ, ਅਤੇ ਕੁਛ ਕੈਂਡੀਡੇਟਸ ਨੇ ਕਮੈਂਟਸ ਰਾਹੀਂ ਕੁਐਸਚਨ ਪੁੱਛੇ ਨੇ, ਉਹਨਾਂ ਕਮੈਂਟਸ ਦਾ ਵੀ ਆਨਸਰ ਇਸ ਵੀਡੀਓ 'ਚ ਦੇਵਾਂਗੇ। ਤਾਂ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਜਿਹੜਾ ਤੁਹਾਡਾ ਵੀ ਕੋਈ ਕੁਐਸਚਨ ਆ ਜਾਂ ਕੋਈ ਡਾਊਟ ਆ ਉਹ ਕਲੀਅਰ ਹੋ ਸਕੇ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਅੱਜ ਦਾ ਵੀਡੀਓ। ਦੇਖੋ ਜੀ, ਇੱਕ ਕੈਂਡੀਡੇਟ ਦਾ ਆਪਣੇ ਨੂੰ ਕੁਐਸਚਨ ਆਇਆ ਸੀ ਪ੍ਰਭਜੋਤ ਮਹਿਰਾ ਦਾ, ਇਹਨਾਂ ਦਾ ਕਮੈਂਟ ਸੀ, ਇਹਨਾਂ ਦੇ ਕੁਐਸਚਨ ਸੀ ਕੋਈ ਪੱਕੀ ਇਨਫੋਰਮੇਸ਼ਨ ਹੋਵੇ ਰਿਜ਼ਲਟ ਦੀ ਕਦੋਂ ਤੱਕ ਆਵੇਗਾ। ਤਾਂ ਜਿਹੜਾ ਵੀ ਕੈਂਡੀਡੇਟਸ ਰਿਜ਼ਲਟ ਬਾਰੇ ਜਾਣਨਾ ਚਾਹੁੰਦਾ ਵੀ ਰਿਜ਼ਲਟ ਕਦੋਂ ਆਊਗਾ, ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇੱਕ ਵੀਡੀਓ ਦਾ ਲਿੰਕ ਆ, ਉਸ ਵਿੱਚ ਦੱਸਿਆ ਗਿਆ ਕਿ ਤੁਹਾਨੂੰ PSAT ਦੇ ਉੱਪਰ 'ਚੋਂ ਫਸਟ ਐਂਡ ਸੈਕਿੰਡ 'ਚੋਂ ਗ੍ਰੇਸ ਮਾਰਕਸ ਕਿੰਨੇ ਮਿਲੂ, ਅਤੇ ਨਾਲ ਹੀ ਦੱਸਿਆ ਗਿਆ ਵੀ ਰਿਜ਼ਲਟ ਕਦੋਂ ਆਊਗਾ। ਤਾਂ ਜੇ ਤੁਸੀਂ ਰਿਜ਼ਲਟ ਬਾਰੇ ਜਾਂ ਗ੍ਰੇਸ ਮਾਰਕਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਆਓ, ਉੱਥੇ ਲਿੰਕ ਦਿੱਤਾ, ਵੀਡੀਓ ਲਿੰਕ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਰਿਜ਼ਲਟ ਕਦੋਂ ਆਊ ਅਤੇ ਗ੍ਰੇਸ ਮਾਰਕਸ ਸਭ ਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ, ਗ੍ਰੇਸ ਮਾਰਕਸ ਦੀ ਵੀ ਅਤੇ ਰਿਜ਼ਲਟ ਦੀ। ਤਾਂ ਹੁਣ ਗੱਲ ਕਰਦੇ ਜੀ ਆਪਾਂ ਅਗਲੇ ਕੁਐਸਚਨ ਦੀ, ਵੀ ਅਗਲਾ ਕੁਐਸਚਨ ਜਾਂ ਅਗਲਾ ਕਮੈਂਟ ਕਿਸ ਕੈਂਡੀਡੇਟ ਨੇ ਕੀਤਾ। ਅਗਲਾ ਕੁਐਸਚਨ ਹੈ ਜੀ ਅੰਕੁਸ਼ ਸ਼ਰਮਾ ਦਾ, ਸਰ ਮੇਰੇ 87 ਨੇ, 87 ਨੰਬਰ ਆ ਜਨਰਲ ਕੈਟਾਗਰੀ 'ਚ, ਹੋ ਸਕਦਾ ਕਲੀਅਰ? ਤਾਂ ਦੇਖੋ ਜੀ, ਡਿਪੈਂਡ ਕਰਦਾ PSAT ਬੋਰਡ 'ਤੇ ਕਿ ਉਹ ਗ੍ਰੇਸ ਮਾਰਕਸ ਕਿੰਨੇ ਦੇ ਰਿਹਾ। ਮੈਕਸੀਮਮ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਕਿ 3 ਤੋਂ 4 ਨੰਬਰ ਜਿਹੜੀ ਹੈ ਉਹ ਗ੍ਰੇਸ ਮਾਰਕਸ ਮਿਲ ਸਕਦੀ ਆ। ਤਾਂ ਹੁਣ ਦੇਖੋ, ਤੁਹਾਡੇ 87 ਨੰਬਰ ਨੇ, ਤੁਹਾਨੂੰ ਚਾਹੀਦੇ ਆ 90 ਨੰਬਰ ਚਾਹੀਦੇ ਆ, ਤਾਂ 3 ਨੰਬਰ ਤੁਹਾਨੂੰ ਮੈਕਸੀਮਮ 3 ਨੰਬਰ ਚਾਹੀਦੇ ਆ ਹੋਰ ਪਾਸ ਹੋਣ ਲਈ। ਜੇ ਬੋਰਡ 3 ਜਾਂ 4 ਨੰਬਰ ਦੀ ਗ੍ਰੇਸ ਮਾਰਕਸ ਦੇ ਦਿੰਦਾ ਤਾਂ ਅੰਕੁਸ਼ ਜੀ ਜਿਹੜਾ ਤੁਹਾਡਾ PSAT ਦਾ ਪੇਪਰ ਆ ਉਹ 100% ਕਲੀਅਰ ਹੋ ਜੂਗਾ। ਪਰ ਡਿਪੈਂਡ ਕਰਦਾ ਇਹ ਬੋਰਡ 'ਤੇ ਕਿ ਉਹ ਤੁਹਾਨੂੰ ਗ੍ਰੇਸ ਮਾਰਕਸ ਦੇ ਰਿਹਾ ਜਾਂ ਨਹੀਂ ਦੇ ਰਿਹਾ, ਪਰ ਜ਼ਿਆਦਾਤਰ ਚਾਂਸ ਹੀ ਨੇ ਕਿ ਤੁਹਾਨੂੰ ਜਿਹੜੀ ਗ੍ਰੇਸ ਮਾਰਕਸ ਆ ਉਹ ਦਿੱਤੀ ਜਾਊਗੀ 3 ਤੋਂ 4 ਨੰਬਰ ਦੀ। ਹੁਣ ਗੱਲ ਕਰਦੇ ਆਪਾਂ ਅਗਲੇ ਕੁਐਸਚਨ ਦੀ, ਜੋ ਕਿ ਕਾਫੀ ਇੰਪੋਰਟੈਂਟ ਕੁਐਸਚਨ ਆ, ਕਈ ਕੈਂਡੀਡੇਟਸ ਦਾ ਕੁਐਸਚਨ ਆਇਆ। ਤਾਂ ਆਪਾਂ ਗੱਲ ਕਰੀਏ ਅਗਲੇ ਕੁਐਸਚਨ ਦੀ। ਇਹ ਕੁਐਸਚਨ ਪੁੱਛਿਆ ਜੀ ਸਮਾਗਰੀ ਨੇ, ਇਹਨਾਂ ਨੂੰ ਪੁੱਛਿਆ ਸਰ ਜੀ ਸਿਲੈਕਸ਼ਨ ਲਈ ਟੈਟ ਤੋਂ ਬਾਅਦ ਵੀ ਹੋਰ ਪੇਪਰ ਹੁਣ ਲੈਣਗੇ। ਤਾਂ ਤੁਹਾਨੂੰ ਪਤਾ ਹੀ ਹੋਊਗਾ ਜੇ ਤੁਹਾਡਾ PSAT ਪੇਪਰ ਕਲੀਅਰ ਹੋ ਗਿਆ ਤਾਂ ਸਭ ਤੋਂ ਪਹਿਲਾਂ ਮੇਰੇ ਲਈ ਕੰਗ੍ਰੈਚੁਲੇਸ਼ਨ ਕਿ ਤੁਹਾਡਾ PSAT ਦਾ ਜਿਹੜਾ ਐਗਜ਼ਾਮ ਕਲੀਅਰ ਹੋ ਗਿਆ। ਤਾਂ ਗੱਲ ਕਰੀਏ PSAT ਤੋਂ ਬਾਅਦ ਕੀ ਸਿਲੈਕਸ਼ਨ ਲਈ ਹੋਰ ਐਗਜ਼ਾਮ ਹੋਊ, ਤਾਂ ਹਾਂਜੀ 100% ਸ਼ੋਰ ਐਗਜ਼ਾਮ ਹੋਊ। ਪਹਿਲਾਂ ਤੁਹਾਡੀ ਜਿਹੜੀ PSAT ਤੋਂ ਬਾਅਦ ਜੇ ਕੋਈ ਵੈਕੈਂਸੀ ਆਉਂਦੀ ਆ ਤਾਂ ਸਕਰੀਨਿੰਗ, ਤੁਹਾਨੂੰ ਪਤਾ ਹੀ ਹੋਊਗਾ ਸਕਰੀਨਿੰਗ ਟੈਸਟ ਹੋਊਗਾ ਇੱਕ, ਉਸ ਤੋਂ ਬਾਅਦ ਜੇ ਸਕਰੀਨਿੰਗ ਟੈਸਟ ਤੁਸੀਂ ਕਲੀਅਰ ਕਰਦੇ ਹੋ ਤਾਂ ਤੁਹਾਡਾ ਇੰਟਰਵਿਊ ਹੋਊਗਾ ਸਿਲੈਕਸ਼ਨ ਲਈ ਜੇ ਟੀਚਰ ਬਣੋ ਤੁਸੀਂ। ਪਹਿਲਾਂ ਸਕਰੀਨਿੰਗ ਹੋਊਗਾ, ਫਿਰ ਉਸ ਤੋਂ ਬਾਅਦ ਇੰਟਰਵਿਊ ਹੋਊਗਾ, ਅਤੇ ਫਿਰ ਤੁਹਾਡੀ ਜਿਹੜੀ ਸਿਲੈਕਸ਼ਨ ਕੀਤੀ ਜਾਊਗੀ। ਅਤੇ ਇਸ ਤੋਂ ਬਾਅਦ ਵੀ ਤੁਹਾਡੇ ਜਿਹੜੇ 2 ਪ੍ਰੋਸੈਸ ਆ, ਮਤਲਬ 2 ਪੇਪਰ ਹੀ ਬਣ ਸਕਦੇ ਤੁਸੀਂ, ਸਕਰੀਨਿੰਗ ਔਰ ਇੰਟਰਵਿਊ ਪੇਪਰ ਹੀ ਬਣ ਸਕਦੇ ਹੋ, ਵੀ 2 ਤੁਹਾਡੇ ਹੋਰ ਹੋਣਗੇ PSAT ਦੇ ਪੇਪਰ ਤੋਂ ਬਾਅਦ ਜੇ ਤੁਹਾਡਾ PSAT ਪੇਪਰ ਕਲੀਅਰ ਆ। ਹੁਣ ਗੱਲ ਕਰਦਾ ਜੀ ਆਪਾਂ ਅਗਲੇ ਕੁਐਸਚਨ ਦੀ, ਅਗਲਾ ਕੁਐਸਚਨ ਆ ਵਿੱਕੀ ਸਿੰਘ ਦਾ, ਇਹਨਾਂ ਨੇ ਪੁੱਛਿਆ ਸਰ ਮੇਰੇ 82 ਮਾਰਕਸ ਆ ਪੇਪਰ 2 'ਚ, ਡੀਕਰੀਜ਼ ਤਾਂ ਨਹੀਂ ਹੋਣਗੇ ਸਰ BC ਕਾਸਟ ਹੈ? ਤਾਂ ਇੱਕ ਗੱਲ ਦੱਸਦਾ ਤੁਹਾਨੂੰ ਮੈਂ, ਕੋਈ ਵੀ ਕਾਸਟ ਆ, ਜਨਰਲ ਆ, BC ਆ, OBC ਆ, ਕੋਈ ਵੀ ਕਾਸਟ ਆ, ਕਿਸੇ ਵੀ ਕਾਸਟ ਦਾ ਕਿੰਨੇ ਵੀ ਨੰਬਰ ਨੇ, ਕਿਸੇ ਵੀ ਕੈਂਡੀਡੇਟਸ ਦੇ ਜਿਹੜੇ ਨੰਬਰ ਆ ਉਹ ਡੀਕਰੀਜ਼ ਨਹੀਂ ਹੋਣਗੇ। ਜਿੰਨੇ ਤੁਹਾਡੇ ਨੰਬਰ ਬਣੇ ਅਫੀਸ਼ੀਅਲ ਅਨਸਕ੍ਰੀ ਦੇ ਅਨੁਸਾਰ ਉਹਨੇ ਨੰਬਰ ਤੁਹਾਨੂੰ 100% ਮਿਲਣਗੇ। ਅਤੇ ਗੱਲ ਕਰੀਏ ਆਪਾਂ ਜੇ ਗ੍ਰੇਸ ਮਾਰਕਸ ਦੀ, ਵੀ ਗ੍ਰੇਸ ਮਾਰਕਸ ਮਿਲਦੇ ਆ ਤਾਂ ਉਹ ਤੁਹਾਡੇ ਜਿਹੜੇ ਰਿਜ਼ਲਟ 'ਚ ਉਹ ਐਡ ਹੋ ਜਾਣਗੇ। 82 ਤੁਹਾਡੇ 82 ਮਾਰਕਸ ਬਣਦੇ ਆ ਜੀ, ਤੁਹਾਡੇ 100% ਸ਼ੋਰ ਨੇ, ਡੀਕਰੀਜ਼ ਨਹੀਂ ਹੋਣਗੇ। ਜੇ ਗ੍ਰੇਸ ਮਾਰਕਸ ਬੋਰਡ ਦਿੰਦਾ ਤਾਂ ਉਹ ਤੁਹਾਡੇ 82 ਮਾਰਕਸ ਵਿੱਚ ਐਡ ਹੋ ਜਾਣਗੇ ਅਤੇ ਟੋਟਲ ਮਾਰਕਸ ਤੁਹਾਡੇ ਬਣ ਜਾਣਗੇ। ਤਾਂ ਤੁਹਾਨੂੰ ਗੱਲ ਦੱਸਦਾ ਕਿ ਨੰਬਰ ਆ ਕਿਸੇ ਵੀ ਕੈਂਡੀਡੇਟਸ ਦੇ ਡੀਕਰੀਜ਼ ਨਹੀਂ ਹੋਣਗੇ। ਅਗਲਾ ਕੁਐਸਚਨ ਹੈ ਜੀ ਕੌਰ ਬਲੋਗ ਦਾ, ਇਹਨਾਂ ਨੇ ਪੁੱਛਿਆ ਸਰ ਮੇਰੇ 84 ਮਾਰਕਸ ਆ OBC, ਮੇਰੇ OBC ਕਾਸਟ ਇਹਨਾਂ ਦੀ, ਮਾਰਕ ਕੱਟ ਦਿੱਤਾ ਨਹੀਂ ਹੈਗੇ ਜੀ, ਐਂਡ ਰਿਜ਼ਲਟ ਕਦੋਂ ਤੱਕ ਆਏਗਾ, ਆ ਸਕਦਾ ਹੈ? ਤਾਂ ਇਹਨਾਂ 84 ਮਾਰਕਸ ਨੇ, ਇਹਨਾਂ ਦਾ ਵੀ ਕੁਐਸਚਨ ਆ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਕੋਈ ਵੀ ਕਾਸਟ ਹੋਵੇ ਇਹ ਮਾਇਨ ਨਹੀਂ ਰੱਖਦੀ, ਕਿੰਨੇ ਵੀ ਮਾਰਕਸ ਨੇ ਕੋਈ ਕਿਸੇ ਦਾ ਮਾਰਕਸ ਨਹੀਂ ਕੱਟਿਆ ਜਾਂਦਾ। ਅਤੇ ਇਹਨਾਂ ਨੇ ਪੁੱਛਿਆ ਕਿ ਕਮੈਂਟਸ 'ਚ ਵੀ ਸਰ ਰਿਜ਼ਲਟ ਕਦੋਂ ਤੱਕ ਆਊਗਾ, ਤਾਂ ਰਿਜ਼ਲਟ ਦੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀਡੀਓ ਸ਼ੁਰੂ ਦੇ ਸਟਾਰਟ 'ਚ ਹੀ, ਵੀ ਜੇ ਤੁਸੀਂ ਰਿਜ਼ਲਟ ਬਾਰੇ ਇਨਫੋਰਮੇਸ਼ਨ ਚਾਹੁੰਦੇ ਹੋ ਜਾਂ ਗ੍ਰੇਸ ਮਾਰਕਸ ਬਾਰੇ ਚਾਹੁੰਦੇ ਹੋ ਤਾਂ ਵੀਡੀਓ ਡਿਸਕ੍ਰਿਪਸ਼ਨ 'ਚ ਆਓ, ਉੱਥੇ ਤੁਹਾਨੂੰ ਲਿੰਕ ਮਿਲ ਜੂਗਾ, ਅਤੇ ਵੀਡੀਓ ਦੇ ਲਿੰਕ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਰਿਜ਼ਲਟ ਦੀ ਫੁੱਲ ਡਿਟੇਲ ਪਤਾ ਲੱਗ ਜੂ। ਇਹ ਸੀ ਕੁਛ ਕੈਂਡੀਡੇਟਸ ਦੁਆਰਾ ਕੀਤੇ ਹੋਏ ਕਮੈਂਟ ਅਤੇ ਉਹਨਾਂ ਕਮੈਂਟ ਦੇ ਆਨਸਰ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।